ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਬਿਲਗਾਪੱਤੀ ਭੋਜਾ ਵਿਖੇ ਦਰਬਾਰ ਪੀਰ ਲੱਖਦਾਤਾ ਜੀ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਸੇਵਾਦਾਰ ਬਾਬਾ ਜੋਤੀ ਮਹਾਂਤ ਜੀ ਦੀ ਦੇਖ ਰੇਖ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਿੱਚ ਜਾਗੋ ਕੱਢੀ ਗਈ ਅਤੇ ਇਹ ਤੀਆਂ ਦਾ ਮੇਲਾ ਸਵਾ ਮਹੀਨਾ ਚੱਲਿਆ ਅਤੇ ਤੀਆਂ ਦੇ ਮੇਲੇ ਵਿੱਚ ਜੋਤੀ ਮਹਾਂਤ ਵੱਲੋਂ ਸ਼ਹਿਰ ਦੀਆਂ ਕੁੜੀਆਂ ਨੂੰ 250 ਸੂਟ ਵੰਡੇ ਗਏ। ਸਵਾ ਮਹੀਨਾ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਇਸ ਤੀਆਂ ਦੇ ਤਿਉਹਾਰ ਦੇ ਆਖਰੀ ਦਿਨ ਇਸ ਵਿੱਚ ਸ਼ਹਿਰ ਦੀਆਂ ਸੰਗਤਾਂ ਨੇ ਬਹੁਤ ਭਾਰੀ ਗਿਣਤੀ ਵਿੱਚ ਤੀਆਂ ਤਾਰਨ ਸਮੇਂ ਹਿੱਸਾ ਲਿਆ। ਇਸ ਮੌਕੇ ਪਹੁੰਚੇ ਸ਼ਹਿਰੀ ਪਤਵੰਤੇ ਸੱਜਣਾਂ ਵਿੱਚੋਂ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਪਰਮਿੰਦਰ ਸਿੰਘ, MC ਪੂਜਾ ਰਾਣੀ, MC ਦਲਵੀਰ ਕੰਦੋ, MC ਹਰਤੇਜ਼ ਤੇਜੀ, MC ਸੰਦੀਪ ਕੁਮਾਰ, ਬਲਕਾਰ ਸਿੰਘ ਬਿਲਗਾ, ASI ਬੱਬੀ ਕੈਂਥ, ਹਰਮੇਸ਼ ਮੇਸੀ, ਕੁਲਦੀਪ ਮਾਣਕ, ਪ੍ਰਧਾਨ ਕਾਂਗਰਸ ਕਮੇਟੀ ਬਿਲਗਾ, ਇਹਨਾਂ ਤੋਂ ਇਲਾਵਾ ਸ਼ਹਿਰ ਦੇ ਮੋਹਿਤਵਾਰ ਸੱਜਣਾਂ ਨੇ ਸ਼ਿਰਕਤ ਕੀਤੀ। ਲੱਗਾ ਪੱਤੀ ਭੋਜਾ ਤੀਆਂ ਦਾ ਤਿਉਹਾਰ ਮਨਾਇਆ ਸਵਾ ਮਹੀਨਾ ਅਤੇ ਬੱਚਿਆਂ ਦੀ ਖੁਸ਼ੀ ਵਾਸਤੇ, ਬੱਚਿਆਂ ਦੀ ਸੁਵਿਧਾ ਵਾਸਤੇ, ਮਾਲਕ ਤੰਦਰੁਸਤੀ ਦਾ ਵੀ ਬੱਚਿਆਂ ਨੂੰ, ਮਾਲਕ ਖੁਸ਼ੀ ਦਾ ਵੀ ਬੱਚਿਆਂ ਨੂੰ, ਮਾਲਕ ਤੰਦਰੁਸਤੀਆਂ ਦਾ ਵੀ ਮਾਲਕ ਰੱਜ ਕੇ ਰੱਖੇ। ਮੈਨੂੰ ਸਾਰੇ ਪਿੰਡ ਦਾ ਬਹੁਤ ਬਹੁਤ ਸਹਿਯੋਗ, ਬਹੁਤ ਬਹੁਤ ਧੰਨਵਾਦ। ਪੀਰ ਲੱਖਦਾਤਾ ਪੱਤੀ ਭੁਰਜਾ ਮੁੱਖ ਸੇਵਾਦਾਰ ਗੱਦੀ ਮਸ਼ੀਨ ਜੋਤੀ ਮਹੰਤ ਜੀ ਵੱਲੋਂ ਹਰ ਸਾਲ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹੁਣ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਅੱਜ ਤੀਆਂ ਤਾਰੀਆਂ ਗਈਆਂ, ਕੱਲ੍ਹ ਪਿੰਡ ਵਿੱਚ ਜਾਗੋ ਨਿਕਾਲੀ ਗਈ ਅਤੇ ਜੋਤੀ ਮਹੰਤ ਜੀ ਵੱਲੋਂ ਗਰੀਬ ਔਰਤਾਂ ਅਤੇ ਬੱਚਿਆਂ ਨੂੰ 250 ਦੇ ਲਗਭਗ ਸੂਟ ਵੰਡੇ ਜਾਂਦੇ ਹਨ। ਹਰੇਕ ਪ੍ਰੋਗਰਾਮ ਦੇ ਵਿੱਚ ਬੜਾ ਇਹਨਾਂ ਦਾ ਮਤਲਬ ਸ਼ੁਭ ਉਪਰਾਲਾ ਕੀਤਾ ਜਾਂਦਾ, ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ। ਉਹ ਪ੍ਰੋਗਰਾਮ ਦੱਸਦੇ ਕਿਹੜੇ ਕਿਹੜੇ ਪ੍ਰੋਗਰਾਮਾਂ 'ਚ 250 ਸੂਟ ਵੰਡੇ ਦੇ ਤੁਸੀਂ? ਇਸ 'ਤੇ ਲੱਖੜ ਦਾ ਵੀ ਤੀਆਂ ਦੇ ਤਿਉਹਾਰ 'ਤੇ, ਤੀਆਂ ਦੇ ਤਿਉਹਾਰ 'ਤੇ 250 ਸੂਟ ਵੰਡਿਆ ਗਿਆ ਜੋਤੀ ਮਹਾਂਤ ਜੀ ਵੱਲੋਂ, ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ। ਬਹੁਤ ਵਧੀਆ ਉਪਰਾਲੇ ਕਰ ਰਹੇ ਹੈ, ਸ਼ੁਕਰੀਆ ਜੀ।